ਤੁਹਾਡਾ ਆਪਣਾ ਵਾਜਿਦ ਅਲੀ ਬਗਦਾਦੀ ਜਨਾਬ ਦੋਸਤੋ ਤਮਾਮ ਫੈਨਸ ਕੀ ਹਾਲ ਹੈ ਤੁਹਾਡਾ ਖਿਰਤ ਨਾਲ ਹੋ ਰਾਜ਼ੀ ਹੋ ਉਮੀਦ ਕਰ ਸਕਦਾ ਤੁਸੀਂ ਠੀਕ ਹੋ ਸੋ ਦੂਸਰੇ ਨੰਬਰ 'ਤੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਮੈਂ ਅੱਜ ਜਿਹੜਾ ਇਹ ਵੀਲੋਗ ਬਣਾ ਰਿਹਾ ਇਹ ਤੁਸੀਂ ਦੋਸਤਾਂ ਦੀ ਭਰਪੂਰ ਫਰਮਾਇਸ਼ 'ਤੇ ਕਿਉਂਕਿ ਕਾਫੀ ਦੋਸਤਾਂ ਦੇ ਕਮੈਂਟ ਆਏ ਨੇ ਕਿ ਤੁਸੀਂ ਜਿਹੜਾ ਵੀਲੋਗ ਬਣਾਉਂਦੇ ਹੋ ਇਹ ਆਪਣੀ ਜ਼ਬਾਨ 'ਚ ਬਣਾਇਆ ਕਰੋ ਕਿਉਂਕਿ ਜਿਹੜੀ ਸਾਡੀ ਜ਼ਬਾਨ ਹੈ ਰਚਨਾਵੀ ਜ਼ਬਾਨ ਹੈ ਸਰੈਕੀ ਜਿਨਕੀ ਸਾਡੀ ਰਚਨਾਵੀ ਜ਼ਬਾਨ ਜਿਹੜੀ ਕੁਛ ਲੋਕ ਪੁੱਛਦੇ ਨੇ ਕਿ ਤੁਹਾਡੀ ਜ਼ਬਾਨ ਕਿਹੜੀ ਹੈ ਸਰੈਕੀ ਨਹੀਂ ਸਰੈਕੀ ਪਿਓਰ ਸਰੈਕੀ ਸਾਡੀ ਜ਼ਬਾਨ ਨਹੀਂ ਹੈ ਅੱਜ ਤੁਹਾਨੂੰ ਇਹ ਵੀ ਮੈਂ ਦੱਸ ਦੇਵਾਂ ਸਾਡੀ ਜਿਹੜੀ ਜ਼ਬਾਨ ਹੈ ਇਹ ਹੈ ਜੀ ਰਚਨਾਵੀ ਮਤਲਬ ਚਨਾ ਅਤੇ ਰਾਵੀ ਇਹ ਜ਼ਬਾਨਾਂ ਮਿਕਸ ਨੇ ਦੋਨੋਂ ਇੱਕ ਜਿਸ ਤਰੀਕੇ ਚਨਾ ਅਤੇ ਵਸਣਾਂ ਦੇ ਲੋਕਾਂ ਦੀ ਜ਼ਬਾਨ ਹਾਂ ਇਹ ਜ਼ਬਾਨ ਹੈ ਮਤਲਬ ਇਹ ਕਿ ਜਿਹੜਾ ਕਿ ਟੇਡਾ ਮੇਡਾ ਇਹ ਪਿਓਰ ਸਰੈਕੀ ਸਾਡੀ ਅਸੀਂ ਤੇਰਾ ਮੇਰਾ ਆਖਣੇ ਹਾਂ ਮਤਲਬ ਸਾਡੀ ਜਿਹੜੀ ਚਨਾ ਅਤੇ ਰਾਵੀ ਦੀ ਜ਼ਬਾਨ ਇੱਕ ਹੈ ਅਤੇ ਦੋਸਤਾਂ ਦਾ ਕਮੈਂਟ ਆਉਂਦੇ ਹਨ ਕਿ ਤੁਸੀਂ ਆਪਣੀ ਜ਼ਬਾਨ ਦੇ ਵਿੱਚ ਵਿਲੋਕ ਬਣਾਇਆ ਕਰੋ ਅਤੇ ਅੱਜ ਮੈਂ ਜਿਹੜਾ ਵਿਲੋਕ ਬਣਾਉਂਦਾ ਪਿਆਂ ਮੈਂ ਤੁਸੀਂ ਦੋਸਤਾਂ ਦੀ ਭਰਪੂਰ ਫਰਮਾਇਸ਼ 'ਤੇ ਮੈਂ ਅੱਜ ਪਹਿਲਾ ਵਿਲੋਕ ਆਪਣੀ ਜ਼ਬਾਨ ਦੇ ਵਿੱਚ ਬਣਾਉਂਦਾ ਪਿਆਂ ਆਪਣੀ ਰਚਨਾਵੀ ਜ਼ਬਾਨ ਜਿਹੜੀ ਕਿ ਸਾਡੀ ਬੋਲੀ ਜਾਂਦੀ ਹੈ ਅਤੇ ਮੈਂ ਗੁਜ਼ਾਰਿਸ਼ ਇਹ ਕਰਨਾ ਚਾਹੁੰਦਾ ਕਿ ਅਸੀਂ ਅੱਜ ਜਿਹੜਾ ਵੀ ਲੋਕ ਮਨਾਉਂਦੇ ਪਏ ਹਾਂ ਇਸ 'ਚ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਤੁਸੀਂ ਮੇਰਾ ਪਹਿਲਾ ਕਸੀਦਾ ਪਿਛਲੇ ਸਾਲ ਕਾਬੇ ਨੂੰ ਸਜਾਉਣਾ ਹੈ ਅਹਿਲੀ ਮੌਲਾ ਆਉਣਾ ਮੇਰਾ ਅਤੇ ਮੇਰੇ ਬੇਟੇ ਆਉਣ ਦਾ ਬੜਾ ਪਸੰਦ ਕੀਤਾ ਮੈਂ ਤੁਹਾਡਾ ਬਹੁਤ ਮਸ਼ਹੂਰ ਹਾਂ ਅਸਾਂ ਕਿਉਂਕਿ ਅੱਗੂ ਰਜਬ ਦਾ ਚੰਨ ਚੜ੍ਹਦਾ ਪਿਆ ਹੈ ਅਤੇ ਅਸਾਂ ਹੁਣ ਤਿਆਰੀ ਕਰ ਰਹੇ ਹਾਂ ਆਪਣੇ ਕਸੀਦੇ ਦੀ ਰਾਤ ਦਾ ਸ਼ਫੀ ਜ਼ਖਮੀ ਸਾਹਿਬ ਸਾਡੇ ਕੋਲ ਆਏ ਹੋਏ ਨੇ ਸਾਡੇ ਪਾਕਿਸਤਾਨ ਦਾ ਪੰਜਾਬ ਦਾ ਨਹੀਂ ਪਾਕਿਸਤਾਨ ਦਾ ਮਾਸ਼ਾਅੱਲਾ ਕੋਈ ਤਾਰੀਫ ਨਹੀਂ ਕਰ ਰਿਹਾ ਮੈਂ ਇਹ ਨਾਮ ਹੈ ਜਿਹੜਾ ਮੈਂ ਬੋਲਦਾ ਪਿਆ ਮਾਸ਼ਾਅੱਲਾ ਪਾਕਿਸਤਾਨ ਦਾ ਬਹੁਤ ਬੜਾ ਵੱਡਾ ਨਾਮ ਹੈ ਜਿਨ੍ਹਾਂ ਦਾ ਨਾਮ ਹੈ ਮੁਹੰਮਦ ਸ਼ਫੀ ਜ਼ਖਮੀ ਸਾਹਿਬ ਉਹ ਸਾਡੇ ਕੋਲ ਰਾਤ ਦੇ ਆਏ ਹੋਏ ਨੇ ਜੀ ਰਾਤ ਵੀ ਅਸੀਂ ਆਪਣੀ ਮਿਹਨਤ ਕਰਦੇ ਰਹੇ ਹਾਂ ਕਸੀਦਾ ਮਾਸ਼ਾਅੱਲਾ ਰਾਤੀ ਬਹੁਤ ਅੱਛਾ ਲਿਖਿਆ ਨੇ ਇੱਕ ਕਸੀਦਾ ਵੀ ਲਿਖਿਆ ਨੇ ਔਰ ਇੱਕ ਗਾਣਾ ਵੀ ਨਾਲ ਲਿਖਿਆ ਨੇ ਔਰ ਜਿਹੜਾ ਕਸੀਦਾ ਲਿਖਿਆ ਨੇ ਉਹ ਵੀ ਲਾਜਵਾਬ ਵੀ ਮਾਸ਼ਾਅੱਲਾ ਬਹੁਤ ਅੱਛਾ ਕਸੀਦਾ ਲਿਖਿਆ ਨੇ ਔਰ ਇਨਸ਼ਾਅੱਲਾ ਇਹ ਬਹੁਤ ਜਲਦ ਤੁਸੀਂ ਦੋਸਤਾਂ ਤੱਕ ਪਹੁੰਚ ਜਾ ਸੀ ਕਿਉਂਕਿ ਰਜਬ ਦੇ ਹਵਾਲੇ ਦੇ ਨਾਲ ਮੌਲਿਆ ਅਲੀ ਦੀ ਸ਼ਾਨ ਦਾ ਕਸੀਦਾ ਹੈ ਉਹ ਕਸੀਦਾ ਵੀ ਅਤੇ ਇਨਸ਼ਾਅੱਲਾ ਨਵਾਂ ਗਾਣਾ ਵੀ ਅਤੇ ਮੈਂ ਤੁਹਾਡੀ ਹੁਣ ਗੱਲ ਕਰਾਉਣਾ ਚਾਹੁੰਦਾ ਜਿਨ੍ਹਾਂ ਦੀ ਮੈਂ ਤੁਹਾਨੂੰ ਤੁਹਾਡਾ ਜ਼ਿਕਰ ਕੀਤਾ ਤੁਹਾਡੇ ਨਾਲ ਸ਼ਫੀ ਜ਼ਖਮੀ ਸਾਹਿਬ ਦਾ ਸ਼ਫੀ ਜ਼ਖਮੀ ਸਾਹਿਬ ਦੱਸੋ ਵੀ ਤੁਸੀਂ ਕਸੀਦਾ ਕਿਸ ਤਰੀਕੇ ਲਿਖਿਆ ਜੀ ਜੀ ਅਸਲਾਮ ਅਲੈਕੁਮ ਜਨਾਬ ਮੈਂ ਤੁਹਾਡਾ ਆਪਣਾ ਸ਼ਫੀ ਜ਼ਖਮੀ ਸਰੈਕੀ ਪੰਜਾਬੀ ਸ਼ਾਇਰ ਅੱਛਾ ਜਿਸ ਤਰ੍ਹਾਂ ਵਾਜਿਦ ਭਾਈ ਨੇ ਗੱਲ ਕੀਤੀ ਹੈ ਨਾ ਥੋੜ੍ਹੀ ਜਿਹੀ ਗੱਲ ਉਸਨੂੰ ਮੈਂ ਥੋੜ੍ਹਾ ਜਿਹਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਰਚਨਾ ਜਿਹੜੀ ਨਾ ਇਹ ਰਾਵੀ ਰੇ ਤੂੰ ਰਾਵੀ ਅਤੇ ਚੇ ਤੂੰ ਚਨਾ ਰਚਨਾ ਰਚਨਾ ਜ਼ਬਾਨ ਜਿਹੜੀ ਸਾਸੀ ਬੋਲਦੇ ਬੈਠੇ ਹਨ ਜੀ ਇਹ ਰਚਨਾਵੀ ਜ਼ਬਾਨ ਇਸ ਸਾਡੇ ਮਤਲਬ ਜਿਹੜੇ ਰਾਵੀ ਔਰ ਚਨਾ ਦੇ ਮਣੀਆਂ 'ਤੇ ਜਾਂ ਉਹਦੇ ਨਾਲ ਨਾਲ ਵਸਣ ਦੇ ਲੋਕ ਇਹਨੂੰ ਉਹਨਾਂ ਦੀ ਜ਼ਬਾਨ ਜਿਹੜੀ ਸਾਡੀ ਜ਼ਬਾਨ ਹੈ ਬਾਕੀ ਰਹੀ ਗੱਲ ਜੋ ਵਾਜਿਦ ਭਾਈ ਗੱਲ ਕਰ ਰਹੇ ਹਨ ਅਲਹਮਦੁਲਿਲਾ ਮੈਂ ਬੜਾ ਮੈਨੂੰ ਮਤਲਬ ਇਸ ਗੱਲ ਦੀ ਖੁਸ਼ੀ ਹੋ ਰਹੀ ਇਹ ਦੱਸਣ 'ਤੇ ਕਿ ਵਾਜਿਦ ਭਾਈ ਦੇ ਨਾਲ ਸਾਡਾ ਮਤਲਬ ਵਾਜਿਦ ਭਾਈ ਦਾ ਬਚਪਨ ਆਈ ਅਤੇ ਅਸਾਂ ਉਹਨਾਂ ਮਤਲਬ ਸਾਡਾ ਸਾਥ ਆ ਰਹੀ ਹੈ ਇਕੱਠਾ ਆ ਰਹੀ ਹੈ ਔਰ ਇਹ ਹੁਣ ਵੇਖੋ ਕਿ ਵਾਜਿਦ ਭਾਈ ਦਾ ਬੇਟਾ ਆਉਣ ਬਸ ਮਾਸ਼ਾਅੱਲਾ ਬੜੇ ਪਿਆਰੇ ਬੱਚੇ ਨੇ ਜੋ ਮੇਰਾ ਪਹਿਲਾ ਕਸੀਦਾ ਕਾਬੇ ਨੂੰ ਸਜਾਉਣਾ ਇਹ ਮੇਰੇ ਵਾਸਤੇ ਇਹ ਮੈਂ ਤੁਹਾਨੂੰ ਦੱਸਦਾ ਪਿਆ ਵੀ ਮੇਰੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਹ ਪਹਿਲਾ ਕਸੀਦਾ ਵੀ ਜਿਹੜਾ ਨਾ ਇਹ ਮੇਰਾ ਲਿਖਿਆ ਹੋਇਆ ਉਸ ਤੋਂ ਬਾਅਦ ਦਮਾਲ ਆਈ ਨਾਤ ਔਰ ਮਾਸ਼ਾਅੱਲਾ ਮੇਰੇ ਬੇਟੇ ਆਉਣ ਆਮਨਾ ਦਾ ਲਾਲ ਆ ਗਿਆ ਬਹੁਤ ਅੱਛੇ ਅਤੇ ਪਸੰਦ ਕੀਤੀ ਗਈ ਅਤੇ ਹੁਣ ਵੀ ਜਿਹੜਾ ਜੋ ਕਸੀਦਾ ਸੀ ਰਾਤੀ ਮਿਲੇ ਸਿਰਫ ਮੇਰੀ ਮਿਹਨਤ ਨਹੀਂ ਪੂਰੀ ਟੀਮ ਦਾ ਇੱਥੇ ਵਰਕ ਆਈ ਬਹਿ ਕੇ ਅਸੀਂ ਮਤਲਬ ਉਹਨੂੰ ਕਸੀਦਾ ਮੈਂ ਲਿਖਿਆ ਲਿਖਣਾ ਤਾਂ ਮੈਂ ਹੀ ਹੁੰਦਾ ਮਗਰ ਥੋੜ੍ਹਾ ਮਸ਼ਵਰਾ ਸਾਰੇ ਦੋਸਤਾਂ ਦਾ ਹੁੰਦਾ ਉਹਦੇ ਮੁਤਾਬਿਕ ਔਰ
अलहमदिल्ला बहुत अच्छा लिखा गया। उस तो बाद एक अजकल जिम्मे बोलियां चल रही बड़िया हिट हो रही, एक बोली है वह लिखी है वाजिद भाई वास्ते, इंशाल्लाह जल्द ही सब से पहलू तक कसीदा और उस तो बाद जरा गीत बोलियां और दोनों चीज़ा कसीदा भी ते गाना भी जिस तरीके अगे साढ़े अपने चैनल बगदादी प्रोडक्शन दे आ रहे हैं इस तरह एक कसीदा भी ते गाना भी दोनों चीज़ मेरे अपने चैनल बगदादी प्रोडक्शन तुमसे असी हमने बैठे हैं डेरे ते एक तशफी जख्मी साहब क्योंकि अज माशाल्लाह मौसम बड़ा प्यारा है तो बड़ी सोहनी निकली खली है ते बावन दिल करता पे ते गप शप लावन भी दिल करता पे है क्योंकि मसे कोई सर्दी कुछ स्लो हुई है धुंधा शुंधा खत्म हुई है अल्लाह कीता तो कुछ मौसम बड़ा अच्छा बनया बैठा है या देरे ते बैठे हैं गप्पा शप्पा लेंदे बैठे हैं जख्मी साहब की बड़ी सोहनी सोहनी शायरी भी सुनते बैठे हैं तो गाने शाने भी लिखते बैठे हैं तो इंशाल्लाह ये साडा जिहड़ा गाना भी ते साडा कसीदा भी बहुत जल्द मेरे अपने चैनल बगदादी प्रोडक्शन से आसी ते मेरी गुजारिश है कि मेरे चैनल बगदादी प्रोडक्शन सबसक्राइब करे सो ताकि मेरे जेड़े गाने ते मेरे कसीदे जेड़े कि मेरे हुण कसीदा ते गाना आ रहे ने मेरे अपने बगदादी प्रोडक्शन तो वास्ते तुसीं उहनूं सबसक्राइब करे सो ताकि या गाना आसी ते तुहाडे कोल पहले पहुँच वैसी ताकि तुसीं पहले नंबर ते सुन सो ते इंशाल्लाह हुण मैं जनाब कोल इजाजत चाहसां मुलाकात तुसीं अगले व्लॉग ते अल्लाह हाफिज़।